ਪੰਜਾਬ ਹਰਿਆਣਾ ਤੇ ਰਾਜਸਥਾਨ ਦੇ 14 ਪਾਰਲੀਮੈਂਟਰੀ ਮੈਂਬਰਾਂ ਦਾ ਵਫ਼ਦ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੂੜਾ ਦੀ ਅਗਵਾਈ ਵਿੱਚ ਵਿੱਤ ਮੰਤਰੀ ਚਿਦੰਬਰਮ ਨੂੰ ਮਿਲਿਆ ਕਾਂਗਰਸੀ ਆਗੂਆਂ ਅਤੇ ਪਾਰਲੀਮੈਂਟ ਮੈਂਬਰਾਂ ਨੇ ਚਿਦੰਬਰਮ ਨੂੰ ਅਪੀਲ ਕੀਤੀ ਹੈ ਕਿ ਵੈਲਥ ਟੈਕਸ ਨੂੰ ਕਿਸਾਨਾਂ ਉਤੇ ਥੋਪਿਆ ਨਾ ਜਾਵੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੂੜਾ ਨੇ ਚਿਦੰਬਰਮ ਨਾਲ ਮੁਲਾਕਾਤ ਤੋਂ ਬਾਅਦ تسਲੀ ਪ੍ਰਗਟ ਕੀਤੀ ਹੈ ਕਿ ਵੈਲਥ ਟੈਕਸ ਮਾਮਲਾ ਹੁਣ ਹੱਲ ਹੋ ਗਿਆ ਹੈ ਉਧਰ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਨੇ ਕਿਸਾਨਾਂ ਤੇ ਲਗਾਏ ਜਾਣ ਵਾਲੇ ਵੈਲਥ ਟੈਕਸ ਨੂੰ ਰੋਕਣ ਲਈ ਸੋਨੀਆ ਗਾਂਧੀ ਨੂੰ ਵੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਟ ਨੇ ਜਿਸ ਕਾਰਨ ਵੈਲਥ ਟੈਕਸ ਕਿਸਾਨਾਂ 'ਤੇ ਹੋਰ ਬੋਝ ਪਾ ਦੇਵੇਗਾ। ਸੁਨੀਲ ਕੁਮਾਰ ਜਾਖੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਯੂਪੀਏ ਸਰਕਾਰ ਦੇ ਖਿਲਾਫ ਪੜਕਾ ਰਹੇ ਨੇ। ਸਵੇਰੇ ਅਸੀਂ ਸਾਰੇ ਹੀ ਪੰਜਾਬ ਦੇ ਐਮਪੀਜ਼ ਸਹਿਬਾਨ ਇਕੱਠੇ ਉਹਨਾਂ ਨੂੰ ਮਿਲੇ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਗਰਾਊਂਡ ਲੈਵਲ ਤੇ ਕੀ ਕਿਸਾਨੀ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਕਬਰਾਂਟ ਹੈ ਕਿਉਂਕਿ ਸਾਡੀ ਜਿਹੜੀ ਉੱਥੇ ਗਵਰਨਮੈਂਟ ਹੈ ਅਕਾਲੀ ਦਲ ਦੀ ਉਹ ਇਸ ਨੂੰ ਬਹੁਤ ਲੋਕਾਂ ਨੂੰ ਗੁੰਮਰਾ ਕਰ ਰਹੀ ਸੀ ਲੋਕਾਂ ਨੂੰ ਉਤੇਜਿਤ ਕਰ ਰਹੀ ਸੀ ਤਾਂ ਉਹਨਾਂ ਨੇ ਫਾਈਨੈਂਸ ਮਿਨਿਸਟਰ ਸਾਹਿਬ ਦਾ ਜ਼ਿਕਰ ਵੀ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਮੈਨੂੰ ਇਹ ਸਾਨੂੰ ਸਾਰੇ ਹੀ ਡੈਲੀਗੇਸ਼ਨ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਯੂਪੀਏ ਹਮੇਸ਼ਾ ਹੀ ਕਿਸਾਨਾਂ ਨਾਲ ਖਲੋਤੀ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਸੀਂ ਜਾ ਕੇ ਮੇਰੇ ਵੱਲੋਂ ਸਮੁੱਚੀ ਕਿਸਾਨੀ ਨੂੰ ਪੰਜਾਬ 'ਚ ਕਹਿ ਦਿਓ ਕਿ ਐਗਰੀਕਲਚਰ ਦੀ ਜਿਹੜੀ ਜ਼ਮੀਨ ਹੈ ਉਹਦੇ ਤੇ ਕਿਸੇ ਤੇ ਪ੍ਰਾਪਰਟੀ ਟੈਕਸ ਨਹੀਂ ਲੱਗੇਗਾ ਇਹ ਸੋਰੀ ਵੈਲਥ ਟੈਕਸ ਨਹੀਂ ਲੱਗੇਗਾ ਇਹ ਉਹਨਾਂ ਨੇ ਵਿਸ਼ਵਾਸ ਦਿਵਾ ਕੇ ਸਾਨੂੰ ਕੱਲਿਆ ਤੇ ਇਹਦੀ ਸਟੇਟਮੈਂਟ ਉਹ ਕੱਲ ਪਾਰਲੀਮੈਂਟ 'ਚ ਵੀ ਦੇਣਗੇ ਮੈਂ ਸਮਝਦਾ ਹਾਂ ਵੀ ਅਗਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੀਚੀ ਨੂੰ ਵੱਢ ਕੇ ਸ਼ਹਾਦਤ ਪ੍ਰਾਪਤ ਕਰਨਾ ਚਾਹੁੰਦੇ ਹੈ ਇੱਕ ਇਸ ਕਿਸਮ ਦਾ ਨੌਨ ਇਸ਼ੂ ਲੈ ਕੇ ਉਹ ਕੈਪਟਨ ਅਮਰਿੰਦਰ ਸਿੰਘ ਬਣਨਾ ਚਾਹੁੰਦੇ ਹੈ ਜਿਨ੍ਹਾਂ ਨੇ ਵਾਕਈ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਬਣਾ ਕੇ ਪਾਸ ਕਰਵਾ ਕੇ ਪੰਜਾਬ ਦੇ ਪਾਣੀਆਂ ਦਾ ਰੱਖਾ ਇਸੇ ਤਰ੍ਹਾਂ ਨਹੀਂ ਕੁਆਇਆ ਸੀ ਉਹਨਾਂ ਨੇ ਅੱਜ ਪੰਜਾਬੀਆਂ ਪੰਜਾਬੀਆਂ ਦੀ ਜ਼ਮੀਨ ਦਾ ਰੱਖਾ ਜਿਹਾ ਕੁਆਣਾ ਚਾਹੁੰਦੇ ਹੈ ਬਾਦਲ ਸਾਹਿਬ ਤਾਂ ਉਹਨਾਂ ਨੂੰ ਸੱਚੇ ਦਿਲੋਂ ਪੰਜਾਬ ਦੇ ਕਿਸਾਨ ਦੀ ਗੱਲ ਕਰਨੀ ਪਊਗੀ ਅਬੀ ਹਵ ਸ੍ਰੀਮントਰੀ ਸੇ ਹਮਾਰੀ ਮੁਲਾਕਾਤ ਹੋਈ हमारा डेलीगेशन पंजाब हरियाणा राजस्थान उड़ीसा सारी स्टेटों का सांसद मिले और और हमारे साथी मिले हैं हमारे पार्टी के और जो एक कंफ्यूजन जो था ये वेल्थ टैक्स और एग्रीकल्चर को लेके उसका स्पष्टीकरण हुआ है और उसकी बात हमने कही है कि एग्रीकल्चर पे वेल्थ टैक्स नहीं लगना चाहिए और चिदम्बरम जी ने ये अश्योर किया है कि यूपीए सरकार की ये नीति है कि कृषि की भूमि पर कोई वेल्थ टैक्स नहीं लगेगा